ਰੇਡੀਓ ਪੰਜਾਬ ਟੁਡੇ ਦੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਦਿਨ ਹੈ ਸ਼ਨਿਚਰਵਾਰ ਅਤੇ ਤਕਰੀਬਨ ਕੋਈ ਸ਼ਾਮ ਦੇ 4:30 ਵਜੇ ਦਾ ਸਮਾਂ ਹੈ। ਅਸੀਂ ਪਿੰਡ ਮਹਿਮਾ ਜਿਹੜਾ ਹੈਗਾ ਮਹਿਮੇ ਇੱਥੇ ਭਗਵਾਨੇ ਦੇ ਵਿੱਚ ਖੜ੍ਹੇ ਹਾਂ। ਇਹ ਕਾਫੀ ਮਹਿਮੇ ਨੇ ਇੱਥੇ ਅਤੇ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਅੱਜ ਕੋਈ ਦੁਪਹਿਰੇ ਤੋਂ ਬਾਅਦ ਜਿਹੜਾ ਇੱਕ ਪ੍ਰਕੋਪ ਜਿਹੜਾ ਆਪਾਂ ਗੜਿਆਂ ਦਾ ਕਹਾਂਗੇ, ਕਿਸਾਨਾਂ ਨੂੰ ਦੂਰੀ ਮਾਰ ਪੈ ਰਹੀ ਹੈ ਇਸ ਵਕਤ। ਪੁਰਾਣੀ ਕਹਾਵਤ ਹੈ, ਚੜ੍ਹਿਆ ਚੇਤ ਨਾ ਘਰੇ ਨਾ ਖੇਤ, ਕਿਉਂਕਿ ਚੇਤ ਦੇ ਮਹੀਨੇ ਜਦੋਂ ਕੋਈ ਜੀ ਇਹੋ ਜਿਹੀ ਆਪਦਾ ਆਉਂਦੀ ਹੈ, ਨਾ ਕਣਕਾਂ ਦੇ ਵਿੱਚ ਬੀਜ ਹੁੰਦਾ, ਨਾ ਘਰੇ ਵੀ ਕਣਕਾਂ ਜਿਹੜੀਆਂ ਮੁੱਕੀਆਂ ਹੁੰਦੀਆਂ, ਬੁਖਾਰੀਆਂ ਵੀ ਲਗਭਗ ਖਾਲੀ ਹੋਣ ਵਾਲੀਆਂ। ਭੁਪਿੰਦਰ ਜੀ ਸਾਡੇ ਨਾਲ ਪਿੰਡ ਮਹਿਨੇ ਭਗਵਾਨੇ ਤੋਂ ਨੇ, ਉਹਨਾਂ ਦੇ ਇਸ ਘਰੇ ਆਏ ਹੋਏ ਆ। ਘਰ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਗੜੇ ਜਿਹੜੇ ਪਏ ਨੇ, ਬਾਈ ਜੀ ਹੋਰੀ ਦਿਖਾ ਰਹੇ ਨੇ ਕਿ ਕਹਿੰਦੇ ਟੈਨਿਸ ਬਾਲ ਜਿੱਡੇ ਗੜੇ ਸੀਗੇ ਇਹ ਟੈਨਿਸ ਬਾਲ। ਹੁਣ 2-2.5 ਘੰਟਿਆਂ ਬਾਅਦ ਵੀ ਜੇਕਰ ਗੱਲ ਕਰੀਏ ਪਿਘਲ ਕੇ ਇੰਨੇ ਕੁ ਰਹਿ ਗਏ ਨੇ ਜੀ। ਆਹ ਦੇਖੋ ਏਡੇ ਗੜੇ ਸੀਗੇ, ਇੱਕ ਘੱਟੋ ਘੱਟ 1/2 hour ਪਏ ਜੀ, ਅਤੇ ਨੁਕਸਾਨ ਬਹੁਤ ਹੋ ਗਿਆ ਜੀ। ਮੈਂ ਬਠਿੰਡੇ ਸੀ, ਮੇਰੇ ਤਾਂ ਮੂਡ ਹੀ ਆਫ ਹੋ ਗਿਆ ਜੀ, ਫਸਲ ਸਾਰੀ ਖਰਾਬ ਹੋ ਗਈ 50% ਹੀ, ਅਤੇ ਆਹ ਤੁਸੀਂ ਦੇਖ ਸਕਦੇ ਹੋ ਵੀ ਮਨ ਤਾਂ ਖਰਾਬ ਹੀ ਹੈ ਜੀ। ਜੀ ਕਿਹੜੀਆਂ ਕਿਹੜੀਆਂ ਫਸਲਾਂ ਜਿਹੜੀਆਂ ਚੱਲਦਾ? ਹੁਣ ਤਾਂ ਕਣਕ ਸੀ ਜੀ ਜੀ, ਅਤੇ ਆਪਣੀ ਸਰੋਂ ਸੀ ਜੀ, ਅਤੇ ਆਪਣਾ ਬਾਗ ਸੀਗਾ ਜੀ, ਅਤੇ ਬਾਕੀ ਸਬਜ਼ੀਆਂ ਸੀਗੀਆਂ ਜੀ ਜੀ। ਬਿਲਕੁਲ ਤੁਹਾਨੂੰ ਜਿਹੜਾ ਦਿਖ ਰਿਹਾ ਵੀ ਇੱਕ ਤਰ੍ਹਾਂ ਜਿਵੇਂ ਸੋਟੀਆਂ ਨਾਲ, ਦੇਖੋ ਟਾਹਣੀਆਂ ਜ਼ੂਮ ਕਰਕੇ ਦਿਖਾਓ ਜੀ, ਆ ਮਾਰ ਮਾਰ ਆ ਦੇਖੋ ਟਾਹਣੀਆਂ ਛਿਲਤੀਆਂ ਜੀ। ਕਣਕ ਸੀ, ਸਰੋਂ ਸੀ, ਤੇ ਆਪਣਾ ਕਿੰਨੂ ਸੀਗਾ ਜੀ। ਬਸ ਆਹ ਸਾਲ ਦੀ ਫਸਲ ਤਾਂ ਗਈ ਜੀ, ਗਈ ਕਿਉਂਕਿ ਫਰੂਟ ਇਹ ਸਾਲ ਬਾਅਦ ਆਉਣਾ ਸੀਗਾ, ਤੇ ਗੜਿਆਂ ਨੇ ਸਾਰੀ ਛੰਨੀ ਛੰਨੀ ਕਰਤੀ ਜੀ। ਸੋ ਆਪਾਂ ਜਿਹੜੇ ਦੇਖੋ ਜੀ, ਆਹ ਦੇਖੋ ਇੱਥੋਂ ਤੱਕ ਆ ਕੇ ਮਾਰ ਕੀਤੀ, ਇੰਨਾ ਡੂੰਘਾ ਵੀ ਮਾਰ ਕਰਤੀ ਆ ਕਰ ਗਿਆ। ਆਹ ਦੇਖੋ ਜੀ ਜੀ। ਸੋ ਇਹ ਤਾਂ ਹਜੇ ਆਪਾਂ ਸਿਰਫ ਆਪਾਂ ਕਹਿੰਦੇ ਪਿੰਡ ਦੇ ਵਿੱਚ ਹੈ, ਤੇ ਆਪਾਂ ਖੇਤਾਂ ਨੂੰ ਵੀ ਚੱਲਾਂਗੇ। ਬਾਹਰ ਤਾਂ ਜੀ 50% ਮੈਨੂੰ ਲੱਗਦਾ ਕਣਕ ਖਰਾਬ ਹੋ ਗਈ ਜੀ। ਹਾਂਜੀ, ਸੋ ਇਹ ਤਾਂ ਜਿਵੇਂ ਆਪਾਂ ਕਹਿੰਦੇ ਨਿਆਈ 'ਚ ਬੈਠੇ ਆ ਬਾਈ ਜੀ ਹੋਰੀ, ਤੇ ਨਿਆਈ ਦੇ ਵਿੱਚ ਇਹਨਾਂ ਦਾ ਘਰ ਹੈ, ਤੇ ਇੱਥੇ ਹੀ ਇਹਨਾਂ ਦੇ ਆ ਬੂਟੇ ਲੱਗੇ ਆ ਪਿਛਲੇ ਪਾਸੇ, ਹੋਰ ਬਾਗ ਹੈ ਇਹਨਾਂ ਦਾ, ਇੱਥੇ ਸਥਿਤੀ ਇਹ ਹੈ। ਤਾਂ ਆਪਾਂ ਤੁਹਾਨੂੰ ਖੇਤਾਂ ਦੇ ਵਿੱਚ ਜਾ ਕੇ ਵੀ ਦਿਖਾਵਾਂਗੇ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ, ਆਪਾਂ ਇਸ ਗੱਲਬਾਤ ਨੂੰ ਸ਼ੇਅਰ ਕਰੋ ਤਾਂ ਕਿ ਜਿਹੜੀ ਹੈ ਸਰਕਾਰ ਤੱਕ ਜਿਹੜੀ ਬਾਈ ਜੀ ਨੇ ਮੰਗ ਕੀਤੀ ਹੈ। ਮੰਗ ਕੀ ਹੈ ਬਾਈ ਜੀ, ਤੁਸੀਂ ਕੀ ਚਾਹੁੰਦੇ ਇਸ ਵਕਤ? ਆਪਾਂ ਤਾਂ ਜੀ ਸਰਕਾਰ ਤੋਂ ਇਹੀ ਕਹਿੰਦੇ ਹਾਂ ਵੀ ਆ ਕੇ ਤੁਸੀਂ ਜ਼ਿਮੀਂਦਾਰਾਂ ਦਾ ਹੱਥ ਫੜੋ, ਆ ਕੇ ਤੁਸੀਂ ਪਟਵਾਰੀਆਂ ਨੂੰ ਭੇਜੋ ਪਿੰਡਾਂ 'ਚ, ਜਾ ਕੇ ਗਦੌਰੀਆਂ ਕਰਨ, ਵੇਖਣ ਵੀ ਕਿੰਨਾ ਨੁਕਸਾਨ ਕੀਤਾ ਗਿਆ ਜੀ। ਸੋ ਹੋਰ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ।